ਅਸੀਂ ਗੱਲ ਕਰ ਰਹੇ ਹਾਂ ਡੀਐਸਜੀਐਮਸੀ ਦੇ ਚੋਣ ਦੰਗਲ ਦੀ। ਤੁਹਾਡੇ ਕੋਲ ਅਸੀਂ ਸਵਾਲ ਪੁੱਛਿਆ ਕਿ ਪੰਜਾਬ ਦੀ ਚੋਣ ਹਵਾ ਦਾ ਅਸਰ ਡੀਐਸਜੀਐਮਸੀ ਚੋਣਾਂ ਤੇ ਪਏਗਾ। ਹਾਂ ਜਾਂ ਨਾ ਜੀ, ਆਪਣੀ ਰਾਏ ਤੁਸੀਂ ਦੇ ਸਕਦੇ ਹੋ ਜ਼ੈਡਪੀਐਚਐਸ ਪੇਜ ਦੇ ਕੇ ਵਾਈ ਜਾਂ ਫਿਰ ਜ਼ੈਡਪੀਐਚਐਸ ਪੇਜ ਦੇ ਕੇ ਐਨ ਤੇ ਕਾਲ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਟੋਲ ਫ੍ਰੀ ਨੰਬਰ ਤੁਹਾਡੇ ਲਈ ਖੁੱਲ੍ਹ ਗਿਆ 1800-1800-3535। ਸਾਡੇ ਨਾਲ ਦਿੱਲੀ ਤੋਂ ਜੁੜ ਰਹੇ ਨੇ ਕਾਲਰ ਸਤਨਾਮ ਸਿੰਘ। ਸਤਨਾਮ ਸਿੰਘ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਸਰਸਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ ਦੇ ਵਿੱਚ ਕੀ ਕੰਮ ਕੀਤਾ ਜੀ? ਜੀ ਉਹ ਕੰਮ ਦੱਸ ਰਹੇ ਨੇ ਆਪਣੇ, ਤੁਸੀਂ ਸੁਣਿਆ ਹੋਏਗਾ। ਬਿਲਕੁਲ 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 ਜੀ, ਇਹਨਾਂ ਦਾ ਬਿਲਕੁਲ ਬਾਦਲ ਅਕਾਲੀ ਦਲ ਦਾ ਸੁਖੜਾ ਸਾਫ਼ ਹੋ ਜੂ। ਚਲੋ ਬਹੁਤ ਬਹੁਤ ਧੰਨਵਾਦ ਆਪਣੀ ਰਾਏ ਰੱਖਣ ਦੇ ਲਈ, ਅਸੀਂ ਜਵਾਬ ਜ਼ਰੂਰ ਲਵਾਂਗੇ ਉਹਨਾਂ ਕੋਲੋਂ। ਕਾਲ ਤੁਸੀਂ ਕਰ ਸਕਦੇ ਹੋ 1800-1800-3535 ਦੇ ਉੱਪਰ ਕਾਲ ਕਰਕੇ ਆਪਣੀ ਰਾਏ ਰੱਖ ਸਕਦੇ ਹੋ, ਟੋਲ ਫ੍ਰੀ ਨੰਬਰ ਤੁਹਾਡੇ ਲਈ ਖੁੱਲ੍ਹਾ। ਸਾਡੇ ਨਾਲ ਸਿਰਸਾ ਤੋਂ ਕ੍ਰਿਸ਼ਨ ਲਾਲ ਜੀ ਜੁੜ ਰਹੇ ਨੇ। ਕ੍ਰਿਸ਼ਨ ਲਾਲ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਕੀ ਚਾਹੁੰਦੇ ਆ, ਇਹ ਰਾਜਨੀਤੀ ਦੇ ਬਾਰੇ ਤੁਸੀਂ ਆਨ ਟੀਵੀ 'ਚ ਦੱਸੀ ਜਾਂਦੇ ਸੀ। ਹੈਲੋ, ਹਾਂਜੀ ਹਾਂਜੀ, ਆਪਣੀ ਰਾਏ ਰੱਖੋ। ਰਾਏ ਆਉਣਾ ਹੈ ਇਹ ਬੀਜੇਪੀ ਨੂੰ, ਹੈ ਨਾ ਬੀਜੇਪੀ ਨੂੰ ਇਹ ਗੱਲ ਪੁੱਛੋ ਤੁਸੀਂ। ਮੈਂ ਇਹੀ ਗੱਲ ਕਹਾਂਗਾ ਤੁਹਾਨੂੰ, ਦੋ ਗੱਲ ਕਰਨੀ ਬਸ, ਇਸ ਤੋਂ ਫਾਲਤੂ ਗੱਲ ਨਹੀਂ ਕਰਨੀ। ਕੋਈ ਨੇਤਾ ਮੰਤਰੀ ਫੜਿਆ ਗਿਆ? ਅਸੀਂ ਦਿੱਸੀ ਦਿੱਲੀ ਕਮੇਟੀ ਚੋਣਾਂ ਦੀ ਗੱਲ ਕਰ ਰਹੇ ਹਾਂ, ਤੁਸੀਂ ਮੁੱਦਾ ਨਹੀਂ ਸਮਝ ਪਾ ਰਹੇ ਹੋ। ਮੈਂ ਜੋ ਅੱਜ ਡੀਐਸਜੀਐਮਸੀ ਚੋਣਾਂ, ਉਹ ਸਾਡਾ ਮੁੱਦਾ ਹੈ, ਉਸ ਦੇ ਬਾਰੇ ਗੱਲ ਕਰੋ ਜੇ ਤੁਹਾਡੇ ਕੋਲ ਕੋਈ ਗੱਲ ਹੈ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਆਪਣੀ ਗੱਲ ਕਹਿਣ ਲਈ। ਸਾਡੀ ਬੇਨਤੀ ਹੈ ਕਿ ਤੁਸੀਂ ਜਿਹੜੇ ਮੁੱਦੇ ਦੇ ਅਸੀਂ ਗੱਲ ਕਰ ਰਹੇ ਹਾਂ ਉਸੇ ਦੇ ਉੱਪਰ ਗੱਲ ਕਰੋ ਤਾਂ ਜ਼ਿਆਦਾ ਚੰਗੀ ਗੱਲ ਹੈ, ਕਿਉਂਕਿ ਉਸ ਦੇ ਉੱਪਰ ਅਸੀਂ ਨਾਲ ਨਾਲ ਜਵਾਬ ਵੀ ਲੈ ਸਕਾਂਗੇ। ਸਾਡੇ ਨਾਲ ਮਹਿਮਾਨ ਜੁੜੇ ਨੇ, ਇੱਕ ਹੋਰ ਮਹਿਮਾਨ ਸਾਡੇ ਨਾਲ ਜੁੜ ਗਏ ਨੇ, ਲਾਲੀ ਮਜੀਠੀਆ ਜੀ ਕਾਂਗਰਸ ਵੱਲੋਂ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਮਜੀਠੀਆ ਸਾਹਿਬ, ਅਸੀਂ ਜੋ ਚਰਚਾ ਕਰ ਰਹੇ ਸੀ ਹੁਣ ਤੱਕ, ਜੋ ਦਿੱਲੀ ਕਮੇਟੀ ਦੀਆਂ ਚੋਣਾਂ ਦੀ ਗੱਲ ਕਰ ਰਹੇ ਹਾਂ, ਅਤੇ ਇਸ ਦੇ ਵਿੱਚ ਜੋ ਪੰਜਾਬ ਦੇ ਮੁੱਦੇ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਧਿਰ ਵੱਲੋਂ ਚੱਕੇ ਜਾ ਰਹੇ ਨੇ, ਤੁਸੀਂ ਕਿਸ ਤਰ੍ਹਾਂ ਮਨ ਦੇਖਦੇ ਹੋ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ? ਕੀ ਪੰਜਾਬ ਦੇ ਮੁੱਦੇ ਹਾਵੀ ਨਜ਼ਰ ਆ ਰਹੇ ਨੇ ਤੁਹਾਨੂੰ ਵੀ? ਬਲਿੰਦਰ ਜੀ, ਤੁਸੀਂ ਅੱਜ ਦੂਸਰੀ ਵਾਰੀ ਇਹ ਟੌਪਿਕ ਲਿਆ, ਪਹਿਲੇ ਦਿਨ ਵੀ ਤੁਸੀਂ ਮੈਨੂੰ ਬੁਲਾਇਆ ਸੀਗਾ ਜੀ। ਮੈਂ ਇੰਨਾ ਕਹਿਣਾ ਚਾਹੁੰਦਾ ਜੀ ਕਿ ਪੰਜਾਬ ਜਾਂ ਦਿੱਲੀ ਜਾਂ ਬਾਹਰ ਵੀ ਹਰ ਥਾਂ 'ਤੇ ਜਿਹੜਾ ਗੁਰੂ ਪੰਥ ਗੁਰੂ ਸ਼ਬਦ ਨਾਲ ਜੁੜਿਆ ਵਿਅਕਤੀ ਹੈ ਉਹਦਾ ਇੱਕੋ ਤਰ੍ਹਾਂ ਨਾਲ ਸੋਚਣਾ, ਆਪਣੇ ਧਾਰਮਿਕ ਮੁੱਦਿਆਂ 'ਤੇ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਦੀਆਂ ਈਵਨ ਫੋਟੋਜ਼ ਤੱਕ ਵੀ ਦਿੱਲੀ ਇਹਨਾਂ ਦੀ ਕੰਪੇਨ ਦੇ ਵਿੱਚ ਨਹੀਂ ਸੀ ਲਈਆਂ ਗਈਆਂ, ਜਿਹੜੀ ਉੱਥੋਂ ਦੀ ਲੋਕਲ ਲੀਡਰਸ਼ਿਪ। ਅੱਛਾ, ਇੱਕ ਸਪੈਸੀਫਿਕ ਸਵਾਲ ਮੈਂ ਆਪਣੇ ਉਸ ਸਵਾਲ ਨੂੰ ਤੁਹਾਡੇ ਲਈ ਹੋਰ ਸਪੈਸੀਫਿਕ ਕਰ ਦੇਣਾ ਲਾਲੀ ਜੀ, ਇਹ ਕੀ ਤੁਸੀਂ ਇਹ ਮੰਨਦੇ ਹੋ ਕਿ ਜੋ ਦਿੱਲੀ ਕਮੇਟੀ ਦਾਅਵਾ ਕਰ ਰਹੀ ਹੈ ਅਸੀਂ ਜੋ ਕੰਮ ਕੀਤਾ ਉਹ ਇਸ ਵਾਰ ਜ਼ਿਆਦਾ ਲੋਕ ਦੇਖਣਗੇ, ਜਾਂ ਜੋ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜੋ ਤੁਸੀਂ ਗੱਲ ਕਰ ਰਹੇ ਹੋ ਜੋ ਸ਼੍ਰੋਮਣੀ ਅਕਾਲੀ ਦਲ ਦੀ, ਇਸ ਦਾ ਅਸਰ ਜ਼ਿਆਦਾ ਰਹੇਗਾ? ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਦੋਵਾਂ ਚੀਜ਼ਾਂ ਦਾ ਆਪਣਾ ਆਪਣਾ ਪ੍ਰਭਾਵ ਆ। ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਆ ਡਿਵੈਲਪਮੈਂਟ ਦੇ ਬਾਰੇ ਦਿੱਲੀ ਬਾਰੇ, ਕਿਉਂਕਿ ਮੈਂ ਦਿੱਲੀ ਦੇ ਨਾਲ ਉੱਥੋਂ ਦੇ ਜਿਹੜੇ ਸਿੱਖਾਂ ਦੇ ਮਸਲੇ ਨੇ ਉਹਨਾਂ ਨਾਲ ਸਿੱਧੇ ਤੌਰ 'ਤੇ ਵਾਬਸਤਾ ਨਹੀਂ, ਪਰ ਮੇਰੇ ਨਾਲ ਬੈਠੇ ਨੇ ਢਿੱਲੋਂ ਸਾਹਿਬ, ਮੈਂ ਵੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰੋਡਕਟ ਹਾਂ, ਔਰ ਇਹ ਉੱਥੇ ਹਿਸਟਰੀ ਦੇ ਚੇਅਰਮੈਨ ਵੀ ਰਹੇ ਨੇ ਡਿਪਾਰਟਮੈਂਟ ਦੇ, ਔਰ ਇਹਨਾਂ ਦਾ ਬੜਾ ਵੱਡਾ ਕਹਿ ਲਓ ਕਿ ਇੱਕ ਨੈਕ ਹੈ ਇਹਨਾਂ ਦੀ ਸਬਜੈਕਟ ਦੇ। ਔਰ ਮੈਂ ਇਹ ਵੀ ਦੇਖਿਆ ਕਿ ਮੈਂ ਇਹਨਾਂ ਦਾ ਫੇਸਬੁੱਕ 'ਤੇ ਉਹਦੇ 'ਤੇ ਯੂਟਿਊਬ 'ਤੇ ਰੈਗੂਲਰ ਫੋਲੋਅਰ ਵੀ ਹਾਂ। ਸਿੱਖਾਂ ਦੇ ਜਿਹੜੇ ਬੜੇ ਸੰਵੇਦਨਸ਼ੀਲ ਮਸਲੇ ਆ ਉਹਨਾਂ 'ਤੇ ਬੜੀ ਖੁੱਲ੍ਹ ਕੇ ਬੇਬਾਕੀ ਦੇ ਨਾਲ ਰਾਏ ਦਿੰਦੇ ਰਹੇ ਨੇ। ਇਹ ਪਿਛਲੇ ਦਿਨਾਂ 'ਚ ਡੈਲੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਲੈਕਸ਼ਨ 'ਚ ਵੀ ਉੱਥੇ ਗਏ ਸੀਗੇ, ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਮੈਂ ਉਹ ਸੁਣ ਰਿਹਾ ਸੀ। ਔਰ ਦੂਸਰੀ ਗੱਲ ਇਹ ਜਿਹੜੇ ਕਾਲਰ ਨੇ, ਮੈਂ ਸਮਝਦਾ ਕਿ ਜਿਵੇਂ ਕਹਿੰਦੇ ਲੋਕ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਉਹਦੇ ਹਿਸਾਬ ਨਾਲ ਜਿਹੜੇ ਕਾਲਰ ਸੀਗੇ ਉਹਨਾਂ ਨੇ ਵੀ ਸਿਰਸਾ ਸਾਹਿਬ ਨੂੰ ਉਹਨਾਂ ਦੀ ਕੀ ਰਾਏ ਆ ਜਾਂ ਦਿੱਲੀ ਦੇ ਸਿੱਖ ਕਿਵੇਂ ਮਹਿਸੂਸ ਕਰਦੇ ਨੇ ਉਹਦੇ ਬਾਰੇ ਉਹਨਾਂ ਜਾਣੂ ਕਰਵਾਇਆ। ਸੋ ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈ ਕਿ ਜੋ ਪੰਜਾਬ 'ਚ ਵਾਪਰਿਆ, ਕਿਉਂਕਿ ਪੰਜਾਬ ਦਾ ਸਿੱਖ ਅਤੇ ਦਿੱਲੀ ਦਾ ਸਿੱਖ ਇੱਕ ਦੂਸਰੇ ਤੋਂ ਵੱਖਰਾ ਨਹੀਂ, ਇਹਦਾ ਇੰਪੈਕਟ ਹੋਣ ਜਾ ਰਿਹਾ ਇਲੈਕਸ਼ਨਸ ਦਾ। ਔਰ ਜਿਹੜੀ ਡਿਵੈਲਪਮੈਂਟ ਦੀ ਗੱਲ ਸਰਸਾ ਸਾਹਿਬ ਨੇ ਕੀਤੀ ਆ ਉਹਦਾ ਜਵਾਬ ਵੀ ਢਿੱਲੋਂ ਸਾਹਿਬ ਨੇ ਵੀ ਦਿੱਤਾ ਔਰ ਉਹਨਾਂ ਨੇ ਵੀ ਦਿੱਤਾ। ਸੋ ਪਾਲਾ ਕੇ ਜਿਹੜੀ ਗੱਲ ਆ ਉਹ ਇਹਨਾਂ ਦੇ ਅਗੇਂਸਟ ਜਾ ਰਹੀ ਆ, ਔਰ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਜਾ ਰਹੀ ਆ ਬਾਦਲ ਦੇ। ਇਹੀ ਕਾਰਨ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ ਮੈਂ ਬਿਆਨ ਇੱਕ ਦਿਨ ਪੜ੍ਹ ਰਿਹਾ ਸੀ, ਸੁਣਿਆ ਵੀ ਸੀ
कि जी भी असी इतने जरा उ कोई लीडरशिप उ जा नहीं रही क्योंकि उन्होंने ये डर है कि साडा जो पंजाब जो सिखी के विरोध च जो कुछ पिछले समय से गतिविधियां हुई जो गुरु साहब की बेअदबी हुई और एक थां ते नहीं किन्नियां थावां ते हुई और सरासर जिवें जस्टिस ज्योरा सिंह कमिशन है ठीक है ठीक है उन्हां दीआं फाइंडिंग्स उस तों पहलों जस्टिस काटजू कमिशन दीआं फाइंडिंग सिरसा साहब बहुत सारी गल्लां जिहड़ियां कही गई जरूर मैं तुहानूं थोड़ा वध टाइम बाकी जरूर जवाब देना चाहूंगा ते नाल ही इह वी जो तुसीं गल जो जो इस पूरे मुद्दे च गल उठ रही है वार वार आ रही है कि पंजाब जो कुछ भी हो रहा है उस तों तुसीं जिहड़ा है कितने ना कितने उस चीज़ तो अपने आप को पिछा नहीं छुड़ा सकते हो पंजाब का जो भी असर है वो देखने जरूर मिल रहा है ये वार बार सवाल चुकया जा रहा है कि श्रोमणी अकाली दल बादल के वड्डे आगू इतने दिल्ली च नहीं पहुँच रहे हैं वो भी कितने ना कितने नैगेटिव इंपैक्ट जा रहा है इस चीज़ का थोड़ा जवाब इस जरूर चाहूँगा बलविंदर जी मैं एक एक करके सब तो पहला तो जिहड़े महापुरख अपने पंजाब के अकाली दल के प्रधान दसदे जिथे उन्होंने एक काउंसलर भी इलेक्शन लड़ने योग नहीं है पहले तो मैं उन्होंने सवाल का जवाब दे रहा हाँ जदों कह रहे थे गुरु ग्रंथ साहिब महाराज जी की गल वह कह रहे थे मैं उन्होंने दसना चाहना कि 2009 के अंदर परमजीत सिंह सरना प्रधान से बंगला साहब के अंदर गुरु साहब के अंगा की बेअदबी की गई बंगला साहब के अंदर गुरु साहब के अंगा की बेअदबी की गई और गुरु साहब के अंग नालियों चो मिले वह सरदार परमजीत सिंह सरना अज गुरु साहब की गल कर शोभदी नहीं उन्होंने मूँह ਜਿਹੜੀ ਕਾਂਗਰਸ ਨਾਲ ਸਮਰਥਨ ਦਿੰਦੇ ਨੇ ਲਾਲੀ ਮਜੀਠੀਆ ਜੀ ਬੈਠੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਕਿੰਨੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 4 ਸਾਲਾਂ ਜੇ ਮੁੱਦਾ ਚੱਕਿਆ ਜਿਹੜੀਆਂ ਨਾਲੀਆਂ ਤੁਸੀਂ ਉਹਨਾਂ ਦੇ ਕੋਈ ਪਰਚਾ ਦਰਜ ਕਰਾਇਆ ਕਾਂਗਰਸ ਤੁਸੀਂ ਕਿਸੇ ਸੰਗਤ ਦੇ ਵਿੱਚ ਰੂਪ ਦੇ ਵਿੱਚ ਦੱਸਿਆ ਕਾਂਗਰਸੀ ਦੇ ਇਹ ਜਿਹਾ ਝੂਠ ਬੋਲਣਾ ਸਰਸਾ ਸਾਹਿਬ ਇਹ ਸਰਨਾ ਜਵਾਬ ਦੇ ਨਾਲ ਜੀ ਬੜੀ ਵਧੀਆ ਪੋਜੀਸ਼ਨ ਨੇ ਕੀਤਾ ਹੈ ਜਿਹਨੇ 4 ਸਾਲਾਂ ਦੇ ਵਿੱਚ ਤੁਸੀਂ ਇੱਕ ਵੀ ਇਸ਼ੂ ਚੱਕਿਆ ਹੈ ਦੱਸੋ ਕਿਤੇ ਚੱਕਿਆ ਕਿਹੜੀ ਸਟੇਜ ਤੇ ਚੱਕਿਆ ਕੋਈ ਪਰਚਾ ਦਰਜ ਕਰਾਇਆ ਕੁਛ ਕਿਹਾ ਗੱਲ ਤਾਂ ਬੋਲੋ ਤਾਂ ਐਵੇਂ ਦੀ ਉਸ ਨੂੰ ਵਾਸਤੇ ਨਾ ਬੈਠੋ ਇੱਥੇ ਇਸ ਵਾਸਤੇ ਅਸੀਂ ਗੰਦ ਪੋਲਣ ਦਾ ਕੰਮ ਨਹੀਂ ਕਰ ਰਹੇ ਪਰ ਕੋਈ ਨੈਗੇਟਿਵ ਕੰਮ ਨਹੀਂ ਕਰ ਰਹੇ ਇਹ ਗੱਲ ਨਹੀਂ ਹੋ ਸਕਦੀ ਅਸੀਂ ਪੋਜ਼ਿਟਿਵ ਕੰਮ ਕੀਤੇ ਨੇ ਅਸੀਂ ਪੋਜ਼ਿਟਿਵ ਕੰਮ ਕੀਤੇ ਨੇ ਅਸੀਂ ਗੰਦ ਪੋਲਣ ਦਾ ਕੰਮ ਨਹੀਂ ਕੀਤਾ ਅਸੀਂ ਗੁਰਦੁਆਰਿਆਂ ਦੇ ਸਿਰ ਤੇ ਪਾਉਂ ਇਹ ਗੱਲ ਨਹੀਂ ਬਣਨੀ ਸਿੱਖਾਂ ਦਾ ਬਹੁਤ ਚੰਗੀ ਤਰ੍ਹਾਂ ਜਾਣਨ ਹੋ ਰਹੀ ਹੈ ਬਹੁਤ ਉਹਨਾਂ ਨੂੰ ਪਤਾ ਉਹ ਭਲੀ ਬਾਤਾਂ ਆ ਗਈਆਂ ਨੇ ਜੇ ਵਾਰ ਵੀ ਅਗਰ ਕਿਤੇ ਗੱਲ ਹੋ ਜਾਂਦੀ ਸਰਦਾਰ ਪਰਮਜੀਤ ਸਿੰਘ ਸਰਨਾ ਇੱਕ ਵੇਰੀ ਵੀ ਸਟੇਜ ਦੇ ਨਾਲ ਅੱਜ ਬਿਲਕੁਲ ਇਲੈਕਸ਼ਨ ਨਾਲ ਲੜਦਾ ਇਹ ਝੂਠ ਬੋਲਣਾ ਬੰਦ ਕਰ ਦਿਓ ਲੋਕਾਂ ਨੂੰ ਬੋਲਣਾ ਨਹੀਂ ਕਹਿੰਦਾ ਇਸ ਗੱਲ ਦੇ ਨਾਲ ਸੁੰਦਰ ਜੀ ਇੱਕ ਵਾਰ ਉਹਨੂੰ ਬੋਲਣ ਦਿਓ 2009 ਦੇ ਅੰਦਰ ਇਹਨਾਂ ਦਾ ਪ੍ਰਧਾਨ ਜੀ ਹੁੰਦੇ ਕੰਮ ਹੋਇਆ ਲੇਕਿਨ ਦੂਜੇ ਬੰਦੇ ਨੂੰ ਤਕਲੀਫ ਕੀਤੀ ਹੋਈ ਆਪਾਂ ਮੁੱਦੇ ਤੇ ਗੱਲ ਜ਼ਰੂਰ ਕਰਾਂਗੇ ਜਿਹੜੇ ਮੁੱਦੇ ਦੀ ਗੱਲ ਕੀਤੀ ਹੈ ਤਿੰਨੇ ਅੱਛਾ ਅਗਲੀ ਗੱਲ ਨਹੀਂ ਨਹੀਂ ਜ਼ਰੂਰੀ ਗੱਲ ਹੈ ਜੀ ਅਗੇ ਮੁੱਦੇ ਦੀ ਅਗਲੀ ਗੱਲ ਕਿਹੜਾ ਇਹਨਾਂ ਨੇ ਕਾਲਜ ਖੋਲਿਆ ਉਹਦਾ ਮੈਨੂੰ ਨਾਮ ਦੇ ਦੇਣ ਜਿਹੜਾ ਇਹਨਾਂ ਸਕੂਲ ਖੋਲਿਆ ਉਹਦਾ ਨਾਮ ਦੇ ਦੇਣ ਔਰ ਗਰੇਵਾਲ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਹਾਂ 40,000 ਬੱਚਾ ਸੀ ਜਿੱਦਾਂ ਅਸੀਂ ਕਮੇਟੀ ਛੱਡੀ ਸੀ 40,000 ਬੱਚਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਔਰ 3,000 ਬੱਚਾ ਪੰਜਾਬੀ ਬਾਗ ਸੀ ਜਿੱਥੇ ਮੈਂ ਵੀ ਰਹਿੰਦਾ ਅਤੇ ਸਰਦਾਰ ਸਰਨਾ ਵੀ ਰਹਿੰਦੇ ਨੇ 3,000 ਬੱਚਾ ਔਰ 2013 ਜਦੋਂ ਅਸੀਂ ਕਮੇਟੀ ਲਈ 900 ਬੱਚਾ ਰਹਿ ਗਿਆ 921 ਬੱਚਾ ਇੱਥੋਂ ਚਲੇ ਗਿਆ ਇੱਕ ਗੱਲ 40,000 ਬੱਚਿਆਂ ਦਾ ਸਾਹਿਬ ਇੱਕ ਦੀ ਗੱਲ ਕਰ ਦੋ ਤਿੰਨ ਇੰਸਟੀਟਿਊਸ਼ਨ ਬਣ ਗਿਆ 1300 ਬੱਚਾ ਛੱਡ ਕੇ ਗਏ ਨੇ ਉਹ ਬੋਲੋ ਨਾ ਬੋਲੋ ਅਰੇ ਭਾਈ ਤੁਸੀਂ ਝੂਠ ਬੋਲਣ ਦੋ ਸਰ ਸਾਹਿਬ ਠੀਕ ਹੈ ਬਾ ਕਾਫੀ 24,000 ਬੱਚਾ ਬਣਿਆ ਉਸ ਥਾਂ ਦੇ ਉੱਤੇ ਇੱਕ ਨਹੀਂ ਬਣੀ ਹੈ ਦੇਖੋ ਦੇਖੋ ਇਹਨੇ ਕੋਈ ਜਵਾਬ ਤੇ ਹੈ ਨਹੀਂ ਇੱਕ ਕਾਲਜ ਦਾ ਨਾਮ ਨਹੀਂ ਹੈ ਇੱਕ ਕਾਲਜ ਦਾ ਨਾਮ ਨਹੀਂ ਹੈਗਾ ਇਹਨਾਂ ਦੇ ਕੋਲ ਕਿਉਂ ਨਹੀਂ ਆ ਸਾਰਾ ਕੁਝ ਹੈ ਦੱਸੋ ਦਿਓ ਨਾਮ ਦਿਓ ਕਾਲਜ ਦਾ ਨਾਮ ਤੁਸੀਂ ਪੰਜਾਬੀ ਪੰਜਾਬੀ ਬਾਗ ਦੇ ਸਕੂਲ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਆ ਸਕੂਲ ਦਾ ਨਾਮ ਚਾਹੁੰਦੇ ਹੋ ਸਰ ਸਾਹਿਬ ਕਹੇ ਸੀ ਉਹ ਤਾਂ ਨਾਮ ਹੈ ਇੰਸਟੀਚਿਊਸ਼ਨ ਦਾ ਨਾਮ ਹੈ ਇੱਕ ਕਾਲਜ ਦਾ ਨਾਮ ਬਣਿਆ ਹੈ ਉੱਥੇ ਅਰੇ 84 ਦੇ ਕਾਤਲਾਂ ਨੂੰ ਸਟੇਜਾਂ ਤੇ ਹਾਰ ਪਾਉਣ ਵਾਲੇ ਲੋਕ ਸਾਨੂੰ ਸਿੱਖੀ ਨਹੀਂ ਦੱਸਣਗੇ ਇਹ 1984 ਦੇ ਕਾਤਲਾਂ ਦੇ ਗੱਲ ਚ ਹਾਰ ਪਾਉਣ ਵਾਲੇ ਸਰਦਾਰ ਸਾਹਿਬ ਇਹ 84 ਦਾ ਪ੍ਰਧਾਨ ਤੁਹਾਨੂੰ ਆ ਗਿਆ 4 ਸਾਲਾਂ ਹੀ ਨਹੀਂ ਲੱਭਿਆ ਤੁਹਾਨੂੰ ਹੁਣ ਤੱਕ ਕਿਹਨੇ ਕਾਤਲ ਨੂੰ ਕਿਹਨੇ ਪਾਇਆ ਹਾਲ ਦੱਸੋ ਕਿਹਦਾ ਕਿਹੜਾ ਸੀਗਾ ਸਰਦਾਰ ਦੇ ਗੱਲ ਚ ਹਾਰ ਪਾ ਕੇ ਤੇ ਸ੍ਰੀ ਸਰਦਾਰ ਪਾਏ ਆ ਬਲਦੇਵ ਰਾਣੀ ਬਾਗ ਅਰੇ ਭਾਈ ਨਾਮ ਲੈ ਰਿਹਾ ਸੁਣ ਨੀ ਰਿਹਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਸ ਪ੍ਰਧਾਨ ਮੰਤਰੀ ਤੁਸੀਂ ਜਿਸ ਪਾਰਟੀ ਨੂੰ ਲੈ ਕੇ ਆਏ ਹੋ ਉਸ ਦਾ ਉਸ ਮੇਰਾ ਰਾਣੀ ਬਾਗ ਆਪਣਾ ਗ੍ਰਹਿ ਮੰਤਰੀ ਸੀ ਤੁਹਾਡੇ ਗੁਰਦੁਆਰਾ ਮੰਤਰੀ ਸੀ ਉਸ ਨੇ ਆਪਣੇ ਬੜੀ ਗਈ ਗੁਰਦੁਆਰਾ ਬਾਈ ਲਾਈਵ ਮਾਈਕ ਕਰੇ ਵੀ ਲਿਖਿਆ ਆ ਤੁਹਾਡੇ ਟੀਵੀ ਤੇ ਲਿਖਿਆ ਉਹਨੇ ਬਲਵਿੰਦਰ ਦੁਰਗਾ ਸੀ ਉਹ ਜਿਹੜਾ ਕਰਨਾ ਚਾਹੀਦਾ ਸੀ ਤੁਸੀਂ ਉਹਦਾ ਸਨਮਾਨ ਕਰਦੇ ਹੋ ਸਾਡੇ ਗੁਰਦੁਆਰੇ ਦਾ ਸਨਮਾਨ ਕਰਦੇ ਹੋ ਲੋਕਾਂ ਨੂੰ ਰੋਲਾ ਪਾਏਗਾ ਬਲਵਿੰਦਰ ਜੀ ਦੱਸੋ ਇੱਕ ਵਾਰ ਕੀ ਕਰਕੇ ਬੋਲੀਏ ਮੈਂ ਤੁਹਾਨੂੰ ਵਕਤ ਦੇਵਾਂਗਾ ਜੇ ਟਾਈਮ ਬਲਵਿੰਦਰ ਜੀ ਮੈਂ ਵਕਤ ਮਿਲੇਗਾ ਪਹਿਲਾਂ ਉਹਨਾਂ ਨੂੰ ਇੱਕ ਵਾਰ ਗੱਲ ਪੂਰੀ ਕਰਨ ਦਿਓ ਤੁਹਾਨੂੰ ਵਕਤ ਦੇਵਾਂਗਾ ਇੱਕ ਵਾਰ ਉਹਨਾਂ ਨੂੰ ਗੱਲ ਪੂਰੀ ਕਰਨ ਨਹੀਂ ਜੇ ਬਲਵਿੰਦਰ ਜੀ ਮੈਨੂੰ ਨਹੀਂ ਬੋਲਣ ਦੇਣਾ ਮੈਂ ਤੁਹਾਨੂੰ ਬਲਵਿੰਦਰ ਜੀ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬੋਲ ਰਹੇ ਹੋ ਤੁਸੀਂ ਬੋਲ ਵੀ ਸਕਦੇ ਹੋ ਇਸ ਵੇਲੇ ਬੋਲ ਰਹੇ ਹੋ ਮੈਨੂੰ ਬੋਲਣ ਦੇਣਾ ਮੈਨੂੰ ਦੱਸ ਦਿਓ ਚਲੋ ਤੁਸੀਂ ਆਪਣੀ ਗੱਲ ਰੱਖੋ ਮੈਂ ਬੋਲਣ ਨਹੀਂ ਦੇ ਰਹੇ ਮੈਂ ਉਹਨਾਂ ਨੂੰ ਬਾਅਦ ਚ ਵਕਤ ਦੇਵਾਂਗਾ ਤੁਸੀਂ ਆਪਣੀ ਗੱਲ ਪੂਰੀ ਕਰੋ ਜੀ ਹਾਂ ਇਹਨਾਂ ਨੂੰ ਕੋਈ ਇਹ ਵੀ ਬਲਵਿੰਦਰ ਜੀ ਦੱਸ ਦਿਓ ਅੱਜ ਦੀ ਰਿਪੋਰਟ ਦੇ ਦਿਓ ਬੰਗਲਾ ਜਿਹੜੇ
अज दिल्ली कमेटी के अज कह रहे हैं कि सानू कमेटी मिल जाए, इन्हों भी दस दौ अज उन्हां दी शराब दीआं पेटियां गुरुद्वारे च रखियां फड़ियां गईआं ने। सारे टीवी चैनल ते खबर चलदी पई आ, जिहड़ा उन्हां दा साबका जनरल सैकटरी हुण दा मैंबर और इन्हां दा टिकटाक की आ। इह तां इल्जामबाजी सारीआं तुहाडीआं ने फड़ियां गुरुद्वारे दे विच, मेरा तुहाडीआं ने फड़ियां तुहाडी जेपसी जो फड़ियां, मेरा सवाल जिहड़ा बेसिक ओह किते ना किते रुलदा नजर आ रिहा, मेरा बेसिक सवाल दोनों पार्टीआं कोलों है, इक वार मेरा बेसिक सवाल जरूर मैं उसका जवाब चाहूंगा, मेरा मैं बेसिक सवाल का जवाब चाहूंगा सिरसा साहब। प्रचार सिर्फ सिखां विच नहीं पूरी दुनिया विच, उस नूं लैके तुसीं मैं तुहाडा जवाब लॉजिकली चाहूंगा। इस तरह दिल्ली कमेटी के इतिहास च पहली बार 30 साल किसी ने काम किया, जो ये गल कह रहे थे ना गरेवाल साहब, असं भी महसूस करते हैं इंडिया गेट से जाके फंक्शन इस करके किया कि देश के लोगों को पता लगे गुरु घर चो बाहर निकले, असं पहली बार जाके इंडिया गेट से 50,000 लोगों को इकट्ठा किया, अंदर 10,000 सिख होगा बाकी 30,000 गैर सिख ही। इंडिया गेट के बाद असं जाके किया बाबा बंदा सिंह बहादुर का प्रोग्राम, कितने कुतुब मीनार से जाके जिहड़ा नैशनल इंटरनेशनल हैरीटेज है उत्थे जाके किया, उस मोनूमेंट के उत्ते किन्ने हजारां गैर सिख उत्थे पहुंचे, फिर किया कनॉट प्लेस के सेंटर पार्क अंदर 4 फंक्शन ताकि कनॉट प्लेस के आस पास आने वाले जिन्ने गैर सिख और जिन्ने फॉरनर ने उन्हें पता लगे साडा सिख धर्म की आ। 4 दिन तक लगातार फंक्शन, पहली बार देश अंदर किसी ने ऐसी कोशिश की, इस तो पहला कभी कोशिश नहीं हुई सी। 2 फंक्शन जाके इंदिरा गांधी इंडो स्टेडियम अंदर 50,000 लोगों को खड़िया करके सिख और गैर सिखों को लिया के दसिया साडा धर्म की आ, साडा विरसा की आ। बाबा बघेल सिंह के इतिहास में जो भुल चुके सी पूरे देश को याद कराया, साडा सुनहरी इतिहास जिहड़ा सीगा किसी ने याद नहीं किया। ये गरेवाल साहब नूं पुछ लो कोई दसदा सी पहला, ये दिल्ली कमेटी का आके पहला उपराला है, फिर इतने नहीं रुके असं उत्तरांचल च गए, उत्तरांचल च जाके हजारा लोगों की जान बचाई, हजारा लोगों को किराए दे के कपड़े दे के रोटी दे के घर तो रहा, और टीवी चैनल से गल चलती पई सी दिल्ली के सिखा ने आके उत्तरांचल च काम किया। नेपाल च गए गल दसने वास्ते सिख कौन ने, नेपाल च आपदा आई 150 दिन उत्थे रहे, नेपाल के प्रधानमंत्री ने मैनू फोन करके कहा कि तुम काम करते जो लोगों लिए साडे लिए भी आओ, 150 दिन उत्थे साडे लोग रहे और लंगर लाए असी 100 जगह तो ज्यादा जगह के उत्ते, और उन्होंने जो हाई कमिश्नर धनवाद करना आया की कहता है, कहता है मुझे ऐसा लगता है नेपाल के लोग ऐसा महसूस करते हैं 500 साल पुरानी मूर्तियों में से टूट गई मूर्तियों में से आज सिख भगवान के रूप में निकल के हमारी सेवा कर रहे हैं। जम्मू कश्मीर से जाके जो आपदा आई सिखा ने काम किया और की होया, गिलानी ने प्रेस कॉन्फ्रेंस करके कहा, गूगल से पाके देख लो जी हुणे ही की क्या, दिल्ली के सिखा ने साड़ी बहुत अमदाद हमारी बाजू पकड़ी ऐसे दुख के साथ में, हम वक्त आने पर इनका कर्जा उतारेंगे। तमिलनाडु तक असी गए, तमिलनाडु झाड़ा है उत्थे जाके लोगों ने सेवा की, मकसद ये काफी नहीं है जो कुछ किया गया तुसी की मानते हो, प्रफुल्लित करना दोनों दसना। हाँ जी गल सिरसा जी एक मिनट सुन लो, हुण गल नूं सवाल है सारी वैस्टर्न वर्ल्ड दे विच सिखां दे उत्ते मिस टेकन आइडेंटिटी दे उत्ते अटैक हो रहे हैं, उन्हां नूं मुसलमान समझ के उन्हां ते अटैक किया जा रहा, की तुसी वैस्टर्न वर्ल्ड दे विच कोई इस किस्म का प्रोपेगेंडा किया कि सिख एक वक्री कौम आ, सिखां दी अपनी आइडेंटिटी वक्री आ, सिखां दा इतिहास वक्रा, और वो अपने आप दे विच दुनिया दे विच जिहड़े लतड़े लोग आ उन्हां दी सेवा लई पैदा होए आ, जे तुसी इस किस्म की कोई किताब प्रोड्यूस की हुंदी, कोई वधिया लिटरेचर प्रोड्यूस किया हुंदा जिहड़ा कन्विंस कर दिंदा वैसे दे लोकां नूं भी ये तो बहुत ही वधिया लोग आ, बड़े यूनीक आ, इन्हां ने ह्यूमैनिटी की बड़ी सर्विस की आ, सिरसा साहब जवाब बड़ा इंपॉर्टेंट रोल आ ह्यूमैनिटी की हिस्टरी दे, सिरसा साहब तो माफ करना सिरसा साहब इस किस्म की कोई गल करन दी जरूरत सी, बिल्कुल जरूरत आ गरेवाल साहब तुसी ठीक किया, बिल्कुल किया है, वाहद एक दिल्ली गुरुद्वारा मैनेजमेंट कमेटी है जिन्हें कदम चुकया, असी देश दे अंदर पहले कमेटी नहीं पूरी दुनिया दे अंदर पहले लोग हैं जिन्होंने काम चुकया, की किया यूएनओ च जाके दिल्ली गुरुद्वारा मैनेजमेंट कमेटी ने अपना हिस्सा पाया, इंग्लैंड दी नाल टीम लई यूएनओ च जाके असी अपनी गल दसी कि सिख कौन है, आइडेंटिटी की है, एक गल। दूजी गल जिहड़ी अज फॉरन अफेयर मिनिस्ट्री ने जिहड़ा तुसीं सर्कूलर पढ़े हो जी, मैं सरदार मनजीत सिंह जी के सरदारनी हरसिमरत कौर बादल सुषमा स्वराज को बैठ के ये ऑर्डर पास कराए, सर्कूलर जारी कराया सारिया अंबैसियां नूं, जदों 350 साल आ रहा है सिख आइडेंटिटीज के उत्ते शॉर्ट फिल्म्स बनाईयां जाण, लोकल हाई कमीशन जिहड़े ने सिख आइडेंटिटीज के उत्ते टीवी चैनलों के उत्ते एड चलाउण,
और जो गुरु गोबिंद सिंह जी का और गुरु नानक देव महाराज जी का गुरपुरब आ रहे हैं 350 साल और 550 साल उस वेले सारिया अंबैसियां जिहड़ियां ने देश भर दुनिया भर के अंदर फंक्शन करके लोगों नूं दसण ये सिख गुरु की ने और इन्हां दी आइडेंटिटी सिखां दे गुरु साहिब जीठिया जी वी और सिख कौन ने और इन्हां दी आइडेंटिटी की ये देश दे अंदर पहली बार किसी ने काम किया है। किसी का विजन इन्नी दूर तक का नहीं सी, पहला विजन सी गरेवाल साहब, तुहानू वधाई देनी चाहिए इहदे वास्ते, तुहानू इस स्टेज ते कहना चाहिए कि आ काम अगर किसी ने कीते ने क्योंकि तुसीं खुद एडमिट कर रहे जे ये लोग देख रहे हैं कौन सही कह रहे हैं कौन गलत कह रहे हैं, लोग डिसाइड कर लो, तुहानू वधाई दे रहे हैं, लोग डिसाइड कर लो, पहला ध्यान कर लो, गरेवाल नहीं वो ढिल्लो ने, थोड़ा जा अपना ठीक कर लो, अपा होर आए चले ढिल्लो ने गरेवाल नहीं है। मेरा एक छोटा छोटा जिहा सवाल आ सिरसा जी, माइंड ना करना, पंजाब दे विच जगह जगह श्री गुरु ग्रंथ साहब की बेअदबी हुई, असी श्री गुरु ग्रंथ साहब नू गुरु साक्षात मनदे आ, जिउंदा जागदा गुरु मनदे आ, आम सिखां दे विच ए शंका सी कि शायद ये सच्चे सौदा या जिहड़ा सौदा साध आ उसने करवाई आ, और तुसी अखीरले दिनां च पंजाब दी इलैक्शन दे विच उन्हां तों हमायत लै ली, आई मीन इस दे नाल लोक सिख जगत दे हिरदे विलुंदरे जवाब ठीक है, हो गई गल, ठीक है जवाब सिरसा साहब जवाब नूं लगदे आ और जाके ओ सौदा साध दा और जाके उन्हां नाल समझौता करा रहे आ, सिरसा साहब जवाब दुखदाई आ, ठीक है जी, ठीक है ढिल्लो साहब, ये मिटन वाली गल नहीं, ठीक है सिरसा साहब जवाब। इतना पहला तो मैं लाली मजीठिया जी जरूर दसना चाहता, शायद अंदर की याद ढिल्लो साहब ने बोलिया है, लाली मजीठिया जी बोल नहीं पाए हैं, ठीक है, घट हाथ 1984 अंदर जो भी चलो जेड़े भी बोले, मैं देखो मैं टीवी मेरे सामने नहीं, मैं तो आवाज सुन के बोल रहा हूं, ठीक है ठीक है सर, जवाब थोड़ा चाहो जेड़े भी बोले जवाब चाहो, ठीक है जी, शायद भूल नहीं पाए कि हां इस तरह है, पहली गल है जिन्हों लोगों ने बेअदबी की मकसद इस तरह की अकाली दल बदनाम करने वास्ते, दूजी गल जेड़े कोई हमायत मैं ली आ या हमायत साड़ी पार्टी ली आ दस्से देने वाले हमायत दिती ना, दिल्ली गुरुद्वारा मैनेजमेंट कमेटी ने हमायत ली, मैं तो यह दस सकदा जिद्दन दिल्ली के अंदर उन्हें हमायत दिती सी, बाद मैं एक इंसान तुहाडे सामने बैठ के कह रहा है जिद्दन दिल्ली च बीजेपी ने हमायत दिती सी, मैं नैशनल टीवी चैनलों पर जाके एक अनाउंस किया सी ना मैंने हमायत चाहिए, और अगर मैंने पता होंदा कि मैं हमायत लेनी आ मैं इलेक्शन भी ना लड़दा, ये जुर्त अगर किसी गुरदा सी किसी गल कहण दा, चलदी इलेक्शन इलेक्शन गुरदा क्यों ना कीती, पर इस मेरे वेले तुहाडे किसी भी नुमाइंदे ने डिनाई नहीं कीती, इस हमायत नु डिनाई नहीं कीता, मेरी पार्टी ने गलत करता मैं पहला बाद गल कर सुनूंगा, गल ही नहीं की है किसी ने नैशनल चिमल से कह दी इलेक्शन लड़ रहा बंदा कह रहा इलेक्शन लड़ता हो अगले दिन वोटा करो पढ़े लिखे आदमी ना टीवी से आगे झूठ बोलो, विड्रॉ करता कार्ड विड्रॉ करता, नॉमिनेशन खत्म हो चुके हैं, वोटा फेरे झूठ बोलो, इना रब झूठ बोलिया झूठ बोलते पे जी, जवाब सामने पूछ रहे हैं, चेहरा देखो सारा संसार देख रहा कौन सही है।
जिहड़ी क्लीयर चीज़ यही नज़र आ रही है, मैनूं होर कुछ क्लीयर नज़र नहीं आ रहा इत्थे जिस तरह नाल बोलिया जा रहा सारिआं वल्लों। 94% लोकां ने अपनी राय हाँ च रखी है, 6% लोकां दी राय ना विच आई है। धन्नवाद करूँगा सारे मेहमानां दा, रौला ज़्यादा पाउण लई, गल घट करन दे लई।